ਪੀਲ ਪੁਲਿਸ ਨੇ ਇੱਕ ਵੀਡੀਓ ਜਾਰੀ ਕਰਕੇ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। ਦਰਅਸਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮਿਸੀ ਸਾਗਾ ਦੇ ਵਿੱਚ 28 ਮਾਰਚ ਦਾ ਦਿਨ ਸੀ ਜਦੋਂ ਸਵੇਰੇ 4:39 ਮਿੰਟ ਦੇ ਕਰੀਬ ਇੱਕ ਨਿੱਜੀ ਪ੍ਰਾਪਰਟੀ ਨੂੰ ਵਿਅਕਤੀ ਦੇ ਵੱਲੋਂ ਅੱਗ ਲਗਾਈ ਗਈ। ਅੱਗ ਦੇ ਕਰਕੇ ਉਸ ਪ੍ਰਾਪਰਟੀ ਤੇ ਨਾਲ ਹੀ ਉਸਦੇ ਨਾਲ ਵਾਲੀਆਂ ਪ੍ਰਾਪਰਟੀਆਂ ਨੂੰ ਕਾਫੀ ਨੁਕਸਾਨ ਹੋਇਆ। ਜਿਸ ਬਾਰੇ ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਲਗਾਤਾਰ ਇਸ ਬਾਰੇ ਉਹ ਜਾਂਚ ਕਰ ਰਹੇ ਸਨ। ਜਿਸ ਤੋਂ ਬਾਅਦ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਦੀ ਵੀਡੀਓ ਜਾਰੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਹੋਰ ਕੋਲ ਵੀ ਕੋਈ ਵੀ ਵੀਡੀਓ ਸਰਵੇਲੈਂਸ ਸ਼ਾਫਰ ਡੈਸ਼ ਕੈਮ ਫੁਟੇਜ ਹੋਵੇ ਤਾਂ ਮਾਰਚ 28 ਨੂੰ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਦੀ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਨਾਲ 905 453 3311 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਦੇ ਅੱਗੇ ਐਕਸਟੈਂਸ਼ਨ 1233 ਦੀ ਵਰਤੋਂ ਕਰਨੀ ਹੈ